ਹੋਰ ਬਈ ਸਾਰਿਆਂ ਦਾ ਕੀ ਹਾਲ ਚਾਲ ਹੈ ਜੀ ਮੈਂ ਇੱਕ ਚੀਜ਼ ਤੁਹਾਨੂੰ ਸਾਂਝੀ ਕਰਨੀ ਸੀ ਇਹ ਜਿਹੜਾ ਸਾਡਾ ਤੁਸੀਂ ਬਾਗ ਦੇ ਰਖ ਰਹੇ ਹੋ ਇਹਨੂੰ ਪਾਣੀ ਲੱਗੇ ਨੂੰ ਲਗਭਗ 20 April ਦੇ ਲਾਸਟ ਹਫਤੇ ਦਾ ਪਾਣੀ ਲੱਗਿਆ ਹੋਇਆ ਇਹ ਬਾਗ ਬਹੁਤ ਜ਼ਿਆਦਾ ਕਮਲਾ ਰਿਹਾ ਹੁਣ ਇਸ ਟਾਈਮ ਤੇ ਇਹਨੂੰ ਅਸੀਂ ਅੱਜ ਜਿਹੜਾ ਹੈ ਉਹ ਪਾਣੀ ਲਾ ਰਹੇ ਹਾਂ ਤੇ ਇਹਦਾ ਸਾਨੂੰ ਜਿਹੜਾ ਪ੍ਰਾਈਸ ਹੈ ਉਹ ਲਗਭਗ 2 ਲੱਖ ਦੇ ਹਿਸਾਬ ਨਾਲ ਕਿੱਲੇ ਦੇ ਹਿਸਾਬ ਨਾਲ ਸਾਨੂੰ ਲਾਤਾ ਠੇਕੇਦਾਰਾਂ ਨੇ ਪਰ ਅਸੀਂ ਤਿੰਨ ਤੇ ਅਡੇ ਹੋਏ ਆ ਤੇ ਮੈਂ ਜਿਹੜੀ ਗੱਲ ਸਾਂਝੀ ਤੁਹਾਡੇ ਨਾਲ ਕਰਨੀ ਸੀ ਵੀ ਖੇਤੀ ਅਸੀਂ ਕੋਈ ਵੀ ਕਰਗੇ ਬੈੱਡ ਤੇ ਕਰਗੇ ਫਲੱਡ ਤੇ ਕਰੀਏ ਤੇ ਚਾਹੇ ਅਸੀਂ ਡ੍ਰਿਪ ਤੇ ਕਰੀਏ ਜਿਵੇਂ ਕਿਸੇ ਵੀ ਖੇਤੀ ਨੂੰ ਸੂਝ-ਬੂਝ ਨਾਲ ਨਾ ਕਰਾਂਗੇ ਤਾਂ ਉਹ ਸਾਡੇ ਲਈ ਲਾਹੇਵੰਦ ਨਹੀਂ ਹੋ ਸਕਦੀ। ਖੇਤੀ ਤੁਸੀਂ ਕੋਈ ਵੀ ਕਰੋ ਕੋਈ ਵੀ ਮਾਡਲ ਜਿਹੜਾ ਤੁਸੀਂ ਵਰਤੋ ਪਰ ਤੁਹਾਨੂੰ ਜਿਹੜੀ ਪੂਰੀ ਸੂਝ-ਬੂਝ ਨਾਲ ਤੇ ਆਪਦੇ ਪlant ਨੂੰ ਜ਼ਮੀਨ ਨੂੰ ਦੇਖ ਕੇ ਹੀ ਤੁਹਾਨੂੰ ਕੰਮ ਕਰਨਾ ਪੈਣਾ ਕਿਸੇ ਨੂੰ ਵੇਖ ਕੇ ਨਹੀਂ ਤਾਂ ਇਹ ਤੁਹਾਡੇ ਲਈ ਬਹੁਤ ਲਾਹੇਵੰਦ ਹੁੰਦੀ ਹੈ। ਸੋ ਪਾਣੀ ਚਨਾੜ ਬੋਇਆ ਕਰੋ ਕਿਸੇ ਵੀ ਸੋ ਮੇ ਬਾਗ ਹੈ ਚੋ ਨੈਨਰ ਮੈਂ ਕੁਛ ਵੀ ਹੈ ਤੇ ਮੈਂ ਸਮਝਦਾ ਜਦੋਂ ਸਾਡੇ ਬੰਦੀਆਂ ਆਉਂਦੀਆਂ ਹੰਕਾਰ ਮੱਚ ਜਾਂਦੀ ਹੈ ਬੰਦੀ ਆ ਗਈ ਬੰਦੀ ਆ ਗਈ ਮੈਂ ਕਦੇ ਗੌਰ ਨਹੀਂ ਕਰੀ ਬੰਦ ਹੁੰਦੀ ਉਹ ਜੇ ਨਹੀਂ ਹੁੰਦੀ ਨਾ ਹੋਵੇ ਕਿਉਂਕਿ ਮੈਨੂੰ ਪਤਾ ਹੈ ਪਲਾਂਟ ਨੂੰ ਕਦੋਂ ਪਾਣੀ ਦੀ ਲੋੜ ਹੈ ਕਿੰਨੀ ਕਿ ਲੋੜ ਹੈ ਤੇ ਕਿੱਥੋਂ ਤੱਕ ਪਲਾਂਟ ਹੈ ਜਿਹੜਾ ਉਹ ਸ਼ਮਤਾ ਕਿੰਨੀ ਕੇ ਪਲਾਂਟ ਚ ਵੀ ਉਹ ਰੁਕ ਸਕਦਾ ਮੈਂ ਇੰਨਾ ਕਹਨ ਤੋਂ ਬਾਅਦ ਵੀ ਮੈਂ ਇਹ ਗੱਲ ਤਾ ਵੀ ਨਾਲ ਕਹਿ ਸਕਦਾ ਵੀ ਹਜੇ ਵੀ ਅਸੀਂ ਪਾਣੀ ਜੇ ਇੱਕ ਵਾਰੀ ਹੋਟ ਪਾ ਦਈਏ ਤਾਂ ਤਾਂ ਵੀ ਸਾਡਾ ਬਾਗ ਆ ਜਿਹੜਾ ਇਹ ਤਾਂ ਕੁਝ ਨਹੀਂ ਵਿਗੜਦਾਗਾ ਸੋ ਅਸੀਂ ਅੱਜ 4 ਮਹੀਨਿਆਂ ਤੋਂ ਪਾਣੀ ਲਾ ਰਹੇ ਆ ਸਾਡਾ ਪਾਉਣ ਦਾ ਤਰੀਕਾ ਕੀ ਹੈ ਅਸੀਂ ਇੱਕ ਵਾਰੀ ਇਸ ਤਰ੍ਹਾਂ ਪਾਉਣੀ ਆ ਫਿਰ 2-2.5-3 ਮਹੀਨੇ ਟੱਪ ਜਾਂਦੇ ਫਿਰ ਇੱਕ ਵਾਰੀ ਆਏ ਬਾਦ ਨੇ ਆ ਦੇਖੋ ਇੱਧਰ ਤੰਦਲਾ ਖੜਾ ਹੈ ਤੰਦਲਾ ਵੀ ਹਾਲਾ ਕਿ ਸੁੱਕ ਚੁੱਕਿਆ ਤੇ ਸੋ ਥੈਂਕ ਯੂ ਦੋਸਤੋ